बिस्मिल्लाहिर्रहमानिर्रहीम, अस्सलाम वालेकुम। कैसे हैं व्यूअर्स? उम्मीद करती हूँ सब ठीक ठाक होंगे, खुशबाश होंगे। तो व्यूअर्स, आज मैंने थोड़ी सी शॉपिंग की थी तो मैं सोचिया ਤੁਹਾਡੇ ਨਾਲ ਇਹਨੂੰ ਸ਼ੇਅਰ ਕਰ ਲਵਾਂ। ਤੇ ਫਿਰ ਮੈਂ ਅੱਜ ਗਈ ਮਾਰਕੀਟ, ਭਈ ਇਹ ਥੋੜ੍ਹੀ ਜਿਹੀ ਸ਼ੋਪਿੰਗ ਕੀਤੀ ਅਤੇ ਕਸਮ ਖੁਦਾ ਦੀ 26,000 ਰੁਪਈਆ ਲੱਗ ਗਿਆ। ਬੰਦਾ ਕੀ ਲੈਣ ਜਾਵੇ ਮਾਰਕੀਟ, ਕੀ ਬੰਦਾ ਦੱਸੇ ਕਿਸੇ ਨੂੰ ਕਿ ਇੰਨੀ ਮਹਿੰਗਾਈ ਹੋ ਗਈ ਆ। ਇਹ ਕੱਪੜਿਆਂ ਨੂੰ ਹੱਥ ਨਹੀਂ ਲੱਗਦਾ ਲਾਉਣ ਦੀ, ਆਊਟ ਸੀਜ਼ਨ ਜਾ ਰਿਹਾ ਸੀ। ਮੈਂ ਕਿਹਾ ਚਲੋ ਥੋੜ੍ਹੇ ਜਿਹਾ ਨਾ 3-4 ਸੂਟ ਲੈ ਕੇ ਰੱਖ ਲੈਂਦੀ ਬੱਚਿਆਂ ਦੇ ਨਾ। ਅਤੇ ਫਿਰ ਮੈਂ ਇਸ ਵਾਸਤੇ ਸੋਚਿਆ ਕਿ ਚਲੋ ਮਾਰਕੀਟ ਦਾ ਚੱਕਰ ਲਗਾ ਲੈਂਦੇ ਹਾਂ। ਅਤੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਹੁਣ ਕੱਪੜੇ ਦਿਖਾਵਾਂ ਬੱਚਿਆਂ ਦੇ। ਇਹ ਮੈਂ ਦੋਨਾਂ ਬੜੀਆਂ ਬੇਟੀਆਂ ਦੇ ਲਏ ਨੇ, ਬਹੁਤ ਪਿਆਰਾ ਸਟੱਫ ਸੀ, ਬਹੁਤ ਪਿਆਰੀ ਲੋਨ ਸੀ, ਬਹੁਤ ਪਿਆਰਾ ਡਿਜ਼ਾਇਨ ਸੀ ਨਾ। ਇੱਕ ਮੈਂ ਉਹਨਾਂ ਦੋਨਾਂ ਦਾ ਇਹ ਲੈ ਲਿਆ, ਫਿਰ ਮੈਂ ਇੱਕ ਦੋਨਾਂ ਦਾ ਇਹ ਵਾਲਾ ਲੈ ਲਿਆ ਨਾ। ਇਹ ਬੜਾ ਜ਼ਬਰਦਸਤ ਸੀ, ਇਹ ਦੇਖੋ ਕਿੰਨਾ ਪਿਆਰਾ ਡਿਜ਼ਾਇਨ, ਇਹਦੇ ਉੱਤੇ ਮਿੱਕੀ ਮਾਊਸ ਦੇ ਛੋਟੇ ਛੋਟੇ ਟੈਡੀ ਬੀਅਰ ਬਣੇ ਹੋਏ ਨਾ, ਬਿਲਕੁਲ ਨਿਊ ਡਿਜ਼ਾਇਨ ਸੀਗਾ। ਮੈਂ ਕਿਹਾ ਚਲੋ ਲੈ ਕੇ ਰੱਖਿਆ ਪਿਆ ਰਹੇਗਾ, ਪੈ ਜਾਂਦਾ ਨਾ ਇਹ ਤਾਂ ਮਤਲਬ ਅਗਲੇ 1-2 ਮਹੀਨੇ ਤੱਕ ਵੀ ਪੈ ਜਾਣਾ ਨਾ ਐਵੇਂ ਦਾ ਡਿਜ਼ਾਇਨ। ਅਤੇ ਇਹ ਅਸੀਂ ਪਿਓਰ ਲੋਨ ਸੀ। ਇਹ ਮੈਂ ਸੂਟ ਆਪਣਾ ਲਿਆ ਇੱਕ ਆਲ ਓਵਰ ਦੇ ਵਿੱਚ, ਮੈਨੂੰ ਬੜਾ ਅੱਛਾ ਲੱਗਾ ਸੀ ਡਿਜ਼ਾਇਨ। ਇੱਕ ਮੈਂ ਆਪਣਾ ਇਹ ਲੈ ਲਿਆ ਅਤੇ ਇੱਕ ਮੈਂ ਆਪਣਾ ਇਹ ਲਿਆ ਸੀ। ਪਤਾ ਕਿੰਨੇ ਦਾ ਆਇਆ ਵਾ? ਪੂਰੇ 7,500 ਦਾ ਸੂਟ ਆ, ਕਿਸੇ ਨੂੰ ਦੱਸਣਾ ਨਹੀਂ, ਕਸਮੇ 7,500 ਦਾ ਸੂਟ ਹੈਗਾ ਵਾ। ਨਾਲੇ ਤਾਂ ਮੈਨੂੰ ਏਅਰ ਰਿੰਗਸ ਆ ਅੱਛੇ ਲੱਗੇ ਸੀ, ਡਾਰਕ ਔਰੇਂਜ ਕਲਰ ਦੇ, ਅਤੇ ਫਿਰ ਮੈਂ ਇਹ ਲੈ ਲਏ। ਮੈਂ ਕਿਹਾ ਚਲੋ ਅੱਛੇ ਲੱਗਣਗੇ। ਉਸ ਤੋਂ ਬਾਅਦ ਸਭ ਤੋਂ ਛੋਟੀ ਕਿੱਡੋ ਦੇ ਲਏ, ਉਹਦੇ ਵਾਸਤੇ ਮੈਂ ਇੱਕ ਇਹ ਕੱਟ ਪੀਸ ਲਿਆ, ਇਹ ਵੀ ਬੜਾ ਪਿਆਰਾ ਡਿਜ਼ਾਇਨ ਸੀ। ਅਤੇ ਇੱਕ ਮੈਂ ਇਹ ਲਿਆ, ਇਹ ਦੇਖ ਲਓ ਆ ਕੀ ਆ, ਆ 500 ਰੁਪਏ ਦਾ ਮੀਟਰ ਕੱਪੜਾ ਵਾ। ਬੰਦਾ ਕੀ ਕਵੇ ਕਿਸੇ ਨੂੰ, ਹੈ 500 ਦਾ ਆ ਅਤੇ 500 ਦਾ ਆ, ਹੈ ਉਸ ਤਰ੍ਹਾਂ। ਫਿਰ ਇਹ ਦੇਖ ਲਓ, ਨਾਲੇ ਬਲੈਕ ਟਰਾਊਜ਼ਰ ਸੀਗੇ, ਠੀਕ ਆ। ਫਿਰ ਯੂਨੀਫਾਰਮ ਦਾ ਕੱਪੜਾ ਲਿਆ ਬੇਟੀ ਦਾ, ਇਹ ਯੂਨੀਫਾਰਮ ਦਾ ਕੱਪੜਾ ਲਿਆ, ਕਿਉਂਕਿ ਬੱਚੇ ਮਾਸ਼ਾਅੱਲਾ ਵੱਡੇ ਹੋ ਰਹੇ ਨੇ, ਕਿਰਦਾਰੀ 'ਚ ਹੀ ਗੱਲ ਆ ਕਿ ਫਿਰ ਉਹਨਾਂ ਦੇ ਯੂਨੀਫਾਰਮ ਜਿਹੜੇ ਛੋਟੇ ਹੋ ਜਾਂਦੇ ਨੇ, ਵੱਡੀ ਵਾਲੇ ਛੋਟੀ ਨੂੰ ਪੂਰੇ ਆ ਜਾਣਗੇ, ਅਤੇ ਵੱਡੀ ਦੇ ਮੈਨੂੰ ਹੁਣ 2 ਬਣਾਉਣੇ ਪੈਣੇ ਨਵੇਂ, ਇਸ ਕਰਕੇ ਮੈਂ। ਉਸ ਤੋਂ ਬਾਅਦ ਮੈਂ ਛੁਰੀਆਂ ਲਈਆਂ, ਛੁਰੀਆਂ ਮੇਰੇ ਕੋਲ ਹੈ ਸੀ ਪਰ ਇਹਦੇ ਨਾਲ ਦੀਆਂ 2 ਫਰੂਟ ਕਟਿੰਗ ਵਾਲੀਆਂ ਛੁਰੀਆਂ ਨਾ ਮੈਂ ਗਲਤੀ ਨਾਲ ਸਿੱਟ ਬੈਠੀ, ਉਹ ਫਿਰ ਮੈਂ ਜਿਹੜੀਆਂ ਨਾ ਇਹਨੂੰ ਮੈਨੂੰ ਨਵੀਆਂ ਲੈਣੀਆਂ ਪਈਆਂ। ਫਿਰ ਮੈਂ ਇੱਕ ਛੋਟਾ ਪੈਨ ਲਿਆ, ਐਡੇ ਕੁ ਮੈਨੂੰ ਫਰਾਈ ਪੈਨ ਦੀ ਬੜੀ ਜ਼ਰੂਰਤ ਸੀਗੀ ਆਮ ਰੂਟੀਨ ਦੇ ਵਿੱਚ ਨਾ, ਅੰਡਾ ਫਰਾਈ ਕਰਨ। ਮੇਰੇ ਕੋਲ ਵੱਡਾ ਹੈ ਵਾ ਲੇਕਿਨ ਮੈਂ ਕੱਢਦੀ ਨਹੀਂ ਪਈ ਨਾ, ਇੱਕ ਅੰਡਾ ਬਣਾਉਣਾ ਹੋਏ ਤਾਂ ਫਿਰ ਇਹ ਸਹੀ ਰਹਿੰਦਾ ਵਾ। ਉਸ ਤੋਂ ਬਾਅਦ ਐਵੇਂ 6 ਪੈਕ ਲੈ, ਜਿਹੜੇ ਨਾ ਛੋਟੇ ਛੋਟੇ ਹੈਗੇ, ਮੈਨੂੰ ਡੱਬੀਆਂ ਕਿਤੇ ਕੰਮ ਆ ਜਾਂਦੀਆਂ ਵਾ, ਮੈਨੂੰ ਅਕਸਰ ਕਿਚਨ 'ਚ ਜ਼ਰੂਰਤ ਪੈਂਦੀ। ਅਤੇ ਇਹ ਗੁਲ ਦਸਤੇ ਛੋਟੇ ਛੋਟੇ 2 ਲੈ, ਅਤੇ ਯਾਰ ਦੇਖੋ ਕੀ ਬੰਦੇ ਨੇ ਲੈਣਾ ਵਾ, ਕੀ ਦੇਣਾ ਵਾ, ਇੰਨੀ ਮਹਿੰਗਾਈ ਆ ਕਸਮ ਖੁਦਾ ਦੀ, ਸਮਝ ਹੀ ਨਹੀਂ ਆਉਂਦੀ ਬੰਦਾ ਕੀ ਲਵੇ ਅਤੇ ਕੀ ਦੇਵੇ। ਬੇਟੀ ਨੇ ਗਿਫਟ ਦੇਣਾ ਸੀ ਆਪਣੀ ਟੀਚਰ ਨੂੰ, ਅਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਦੀ, ਉੱਤੇ ਅੱਲਾ ਦਾ ਨਾਮ ਲਿਖਿਆ ਹੋਇਆ। ਉਹ ਕਹਿ ਰਹੀ ਸੀ ਕਿ ਮੰਮਾ ਜੀ ਮੈਂ ਕੋਈ ਐਸੀ ਚੀਜ਼ ਦੇਣੀ ਜਿਹੜੀ ਟੀਚਰ ਨੂੰ ਹਮੇਸ਼ਾ ਯਾਦ ਰਹੇ, ਅਤੇ ਇਹ ਫਿਰ ਮੈਂ ਉਹਨਾਂ ਵਾਸਤੇ ਨਾ ਇੱਕ ਛੋਟੇ ਜਿਹੇ ਇੱਕ ਡੈਕੋਰੇਸ਼ਨ ਪੀਸ ਸੀਨਰੀ ਲੈ ਲਈ। ਮੈਂ ਕਿਹਾ ਅਤੇ ਲੋਹੇ ਕੁਰਾਨੀ ਲਿਖੇ ਹੋਏ ਆ, ਚਲੋ ਇਹ ਜਿਹੜਾ ਇਹਦਾ ਇਹ ਫਾਇਦਾ ਹੋਏਗਾ ਕਿ ਬੰਦਾ ਜਦੋਂ ਕੋਈ ਬੈਠਦਾ ਵਾ ਕਮਰੇ ਦੇ ਵਿੱਚ ਜਾਂ ਜਿੱਥੇ ਵੀ ਲੱਗੀ ਹੋਵੇ ਕੋਈ ਬੈਠਦਾ, ਉਹਦੀ ਨਜ਼ਰ ਪੈਂਦੀ ਅਤੇ ਉਹ ਪੜ੍ਹਦਾ ਰਹਿੰਦਾ ਨਾ। ਇੱਕ ਸਭ ਤੋਂ ਅੱਛਾ ਗਿਫਟ ਉਹੀ ਕਿਸੇ ਨੂੰ ਤੁਸੀਂ ਦੇ ਸਕਦੇ ਜਿਹੜਾ ਤੁਹਾਡਾ ਹਮੇਸ਼ਾ ਯਾਦਗਾਰ ਰਹਿੰਦਾ ਵਾ, ਕਿ ਉਹ ਤੁਹਾਨੂੰ ਹਮੇਸ਼ਾ ਯਾਦ ਵੀ ਰੱਖੇ ਅਤੇ ਉਹ ਪੜ੍ਹਦਾ ਵੀ ਰਹੇ, ਤੁਹਾਨੂੰ ਵੀ ਸਵਾਦ ਮਿਲਦਾ ਰਹੇ, ਅਗਲੇ ਨੂੰ ਵੀ ਸਵਾਦ ਮਿਲਦਾ ਰਹੇ। ਐਸੀ ਵੀਵਰਸ ਮੇਰੀ ਅੱਜ ਦੀ ਸ਼ੋਪਿੰਗ, ਅਤੇ 26,000 ਰੁਪਇਆ ਮੇਰਾ ਲੱਗ ਗਿਆ ਵਾ। ਅਤੇ ਸੱਚੀ ਮੈਨੂੰ ਹੁਣ ਵੇਖ ਵੇਖ ਕੇ ਨਾ ਬੜੇ ਹੋਲ ਪੈਂਦੇ ਪਏ ਕਿ ਜਿਹੜੇ ਮੈਂ 4 ਪੈਸੇ ਜਿਹੜੇ ਮੇਰੇ ਕੋਲ ਹੈਗੇ ਸੀ ਨਾ ਸਾਰੇ ਲਾ ਲੂ ਆਈ ਆ। ਹੁਣ ਸੋਚਦੀ ਪਈ ਹਾਂ ਹੁਣ ਅਗਲੀ ਸ਼ੋਪਿੰਗ ਜਿਹੜੀ ਨਾ 2 ਸਾਲ ਬਾਅਦ ਹੀ ਕਰਾਂ, ਪਰ 2 ਸਾਲ ਬਾਅਦ ਕੀਤੀ ਨਹੀਂ ਜਾਂਦੀ ਨਾ, ਐਡਾ ਚੰਗਾ ਕੌਣ ਹੁੰਦਾ ਜਿਹੜਾ 2 ਸਾਲ ਬਾਅਦ ਸ਼ੋਪਿੰਗ ਕਰੇ। ਖੈਰ ਐਂਡ 'ਤੇ ਉਹੀ ਗੱਲ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਕਮੈਂਟ ਸੈਕਸ਼ਨ 'ਚ ਲਾਜ਼ਮੀ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕੈਸੀ ਲੱਗਦੀ ਹੈ। ਦੁਆਵਾਂ 'ਚ ਰੱਖੀ ਹੋਈ ਆ, ਆਪਣਾ ਰੱਖਿਓ ਖਿਆਲ, ਅਤੇ ਆਉਣ ਵਾਲੀ ਵੀਡੀਓ ਦਾ ਕਰਿਓ ਇੰਤਜ਼ਾਰ। ਐਸੀ ਛੋਟਾ ਜਿਹਾ ਵਲੌਗ, ਇਹਦੇ ਵਾਸਤੇ ਤੁਹਾਡੀ ਸਾਰਿਆਂ ਦੀ ਦੁਆਵਾਂ ਦੀ ਜ਼ਰੂਰਤ ਅਤੇ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ। ਅਗਲੀ ਵੀਡੀਓ ਤੱਕ ਅੱਲਾ ਹਾਫਿਜ਼, ਆਪਣਾ ਖਿਆਲ ਰੱਖਿਓ।